ਆਸਟ੍ਰੇਲੀਆ ਚ ਹੜ੍ਹ ਆਉਣ ਕਾਰਨ ਨਦੀਆਂ ਦਾ ਪਾਣੀ ਸੜਕਾਂ ਤੇ ਉਤਰ ਆਇਆ ਹੈ, ਜਿਸ ਕਾਰਨ ਕਈ ਲੋਕਾਂ ਦੇ ਘਰ ਡੁੱਬ ਗਏ ਨੇ। ਇਸ ਦੇ ਨਾਲ ਹੀ ਉੱਤਰੀ ਪੂਰਬੀ ਹਿੱਸੇ ਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਨੇ। ਉੱਥੇ ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦਾ ਹਾਈ ਅਲਰਟ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੀਂਹ ਦੇ ਹਾਲਾਤ ਇੰਨੇ ਵਿਗੜ ਗਏ ਨੇ ਕਿ ਇੱਥੇ ਸ਼ਰੇਆਮ ਸੜਕਾਂ ਤੇ ਸੱਪ ਤੇ ਮਗਰਮੱਛ ਘੁੰਮ ਰਹੇ ਨੇ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਮਿਲਟਰੀ ਕਰਮਚਾਰੀ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮਿੱਟੀ ਨਾਲ ਭਰੀਆਂ ਹਜ਼ਾਰਾਂ ਥੈਲੀਆਂ ਦੇ ਰਹੇ ਨੇ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮੂਲ ਰੂਪ ਨਾਲ 20 ਸਾਲਾਂ 'ਚ ਨਹੀਂ ਬਲਕਿ 100 ਸਾਲਾਂ 'ਚ ਇੱਕ ਵਾਰੀ ਹੋਣ ਵਾਲੀ ਘਟਨਾ ਹੈ। ਸਿਮਰਨ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।